जिन्ना ने बेअदबी कीती है ते जिन्ना ने सियासत कीती है उन्हां नूं जिंदगी च वी उन्हां दा कख ना रहे ते हुण मैदाने जंग वी इलैक्शन च उन्हां दा कख ना रहे। हुण वी तुसीं देख लो जिहड़ा दरबार साहब दे अंदर गुटका साहब दी बेअदबी करके उन्हां नूं सरोवर साहब च सुट्टिया गया ਉਹ ਦੋਸ਼ੀ ਹਲੇ ਪੰਜਾਬ ਪੁਲਿਸ ਦੇ ਹਵਾਲੇ ਹੈ। ਉਹਨੂੰ ਇੱਕ ਦਿਨ ਵੀ ਇੰਟਰਗੋਟ ਨਹੀਂ ਕੀਤਾ ਗਿਆ ਤੇ ਉਹਨੂੰ ਅੰਦਰ ਜੇਲ੍ਹ ਭੇਜ ਦਿੱਤਾ ਗਿਆ। ਅੱਜ ਤੱਕ ਕੋਈ ਖਬਰ ਨਹੀਂ ਪੰਜਾਬ ਪੁਲਿਸ ਮਾੜੀ ਹਰਕਤ ਕੀਤੀ ਕਿ ਕੋਈ ਬਰਦਾਸ਼ਤ ਨਹੀਂ ਕਰ ਸਕਦਾ, ਕਿਸੇ ਵੀ ਧਰਮ ਦਾ ਬੰਦਾ ਬਰਦਾਸ਼ਤ ਨਹੀਂ ਕਰ ਸਕਦਾ। ਉਸ ਨੂੰ ਵੀ ਉਹਦੀ ਬਾਡੀ ਨੂੰ ਇੱਕਦਮ ਸੰਸਕਾਰ ਕਰਕੇ ਐ ਨਹੀਂ ਪਤਾ ਕਰਾਉਣ ਦੀ ਕੋਸ਼ਿਸ਼ ਕੀਤੀ, ਉਹਦਾ ਡੀਐਨਏ ਲੈ ਕੇ ਕਿੱਥੋਂ ਆਇਆ ਕਿਵੇਂ ਆਇਆ। ਜਦੋਂ ਇਹਨਾਂ ਦੀਆਂ ਜਿਹੜੇ ਵੀ ਕੀਤੀ ਹੈ ਬੇਅਦਬੀ ਉਹਦੇ ਪਰਿਵਾਰ ਦਾ ਕੱਖ ਨਾ ਰਹੇ, ਜੇ ਉਹ ਸਿਆਸੀ ਪਾਰਟੀ ਹੈ ਉਹਦਾ ਸਿਆਸਤ ਵੀ ਕੱਖ ਨਾ ਰਹੇ, ਜਿਨ੍ਹਾਂ ਨੇ ਸਿਆਸਤ ਕੀਤੀ ਹੈ ਉਹਨਾਂ ਦਾ ਵੀ ਕੋਈ ਕੱਖ ਨਾ ਰਹੇ। ਕੁੰਵਰ ਵਿਜੇ ਪ੍ਰਤਾਪ ਦਾ ਨਿਸ਼ਾਨਾ ਇਕੱਲਾ ਹੀ ਸੀ ਕਿ ਅਕਾਲੀ ਦਲ ਦੇ ਬਾਦਲ ਪਰਿਵਾਰ ਨੂੰ ਝੂਠਾ ਕੇਸ, ਹਾਈ ਪਰਮਾਤਮਾ ਦੀ ਬਖਸ਼ਿਸ਼ ਹੋਈ, ਹਾਈ ਕੋਰਟ ਦੇ ਜੱਜ ਨੇ ਕੀ ਕਿਹਾ ਉਹਨੂੰ ਉਹਨੂੰ ਚਲਾ ਕੇ ਮਾਰਿਆ ਕੇਸ, ਉਹਨੂੰ ਕਿਹਾ ਕਿ ਆਹ ਸਾਰਾ ਸਿਆਸਤ ਹੈ ਅਤੇ ਹੁਣ ਉਹਨੂੰ ਆਪਣੇ ਨੌਕਰੀ ਤੋਂ ਵੀ ਗਿਆ। ਸੱਚਖੰਡ ਸ਼੍ਰੀ ਦਰਬਾਰ ਸਾਹਿਬ ਅਤੇ ਸ਼੍ਰੀ ਅਕਾਲ ਤਖਤ ਸਾਹਿਬ ਅਰਦਾਸ ਬੇਨਤੀਆਂ ਕਰਨ ਵਾਸਤੇ ਆਇਆ। ਪਿਛਲੇ 5-7 ਸਾਲ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਬੇਅਦਬੀਆਂ ਹੋਈਆਂ। ਮੈਂ ਅੱਜ ਇੱਥੇ ਅਰਦਾਸ ਬੇਨਤੀ ਕੀਤੀ ਹੈ ਸੱਚਖੰਡ ਸ਼੍ਰੀ ਦਰਬਾਰ ਸਾਹਿਬ ਅਤੇ ਸ਼੍ਰੀ ਅਕਾਲ ਤਖਤ ਸਾਹਿਬ ਕਿ ਜਿਨ੍ਹਾਂ ਨੇ ਬੇਅਦਬੀ ਕੀਤੀ ਹੈ ਅਤੇ ਜਿਨ੍ਹਾਂ ਨੇ ਸਿਆਸਤ ਕੀਤੀ ਹੈ ਉਹਨਾਂ ਨੂੰ ਜ਼ਿੰਦਗੀ 'ਚ ਵੀ ਉਹਨਾਂ ਦਾ ਕੱਖ ਨਾ ਰਹੇ ਅਤੇ ਹੁਣ ਮੈਦਾਨੇ ਜੰਗ ਵੀ ਇਲੈਕਸ਼ਨ 'ਚ ਉਹਨਾਂ ਦਾ ਕੱਖ ਨਾ ਰਹੇ। ਜਿਨ੍ਹਾਂ ਨੇ ਵੀ ਕੀਤੀ ਹੈ ਪਿਛਲੇ 5-7 ਸਾਲ ਆਹ ਜਿਹੜੇ ਪਾਰਟੀਆਂ ਹੈ ਲੋਕ ਹੈ ਇਕੱਲੇ ਸਿਆਸਤ ਕਰਦੇ ਰਹੇ, ਇਹਨਾਂ ਦੇ ਨਿਸ਼ਾਨਾ ਗੁਰੂ ਦੇ ਦੋਸ਼ੀਆਂ ਨੂੰ ਫੜਨਾ ਨਹੀਂ, ਇਹਨਾਂ ਦਾ ਨਿਸ਼ਾਨਾ ਸੀ ਕਿਵੇਂ ਨਾ ਕਿਵੇਂ ਪੰਥ ਦੀ ਨੁਮਾਇੰਦਾ ਜਥੇਬੰਦੀ ਨੂੰ ਬਦਨਾਮ ਕਰਨਾ। ਹੁਣ ਵੀ ਤੁਸੀਂ ਦੇਖ ਲਓ ਜਿਹੜਾ ਦਰਬਾਰ ਸਾਹਿਬ ਦੇ ਅੰਦਰ ਗੁਟਕਾ ਸਾਹਿਬ ਦੀ ਬੇਅਦਬੀ ਕਰਕੇ ਉਹਨਾਂ ਨੂੰ ਸਰੋਵਰ ਸਾਹਿਬ ਸੁੱਟਿਆ ਗਿਆ, ਉਹ ਦੋਸ਼ੀ ਹਲੇ ਪੰਜਾਬ ਪੁਲਿਸ ਦੇ ਹਵਾਲੇ ਹੈ, ਉਹਨੂੰ ਇੱਕ ਦਿਨ ਵੀ ਇੰਟਰਗੋਟ ਨਹੀਂ ਕੀਤਾ ਗਿਆ ਅਤੇ ਉਹਨੂੰ ਅੰਦਰ ਜੇਲ੍ਹ ਭੇਜ ਦਿੱਤਾ ਗਿਆ। ਅੱਜ ਤੱਕ ਕੋਈ ਖਬਰ ਨਹੀਂ ਪੰਜਾਬ ਪੁਲਿਸ ਤੋਂ, ਜਿਹਨੇ ਅੰਦਰ ਦਰਬਾਰ ਸਾਹਿਬ ਦੇ ਅੰਦਰ ਜਾ ਕੇ ਵੀ ਐਡੀ ਮਾੜੀ ਹਰਕਤ ਕੀਤੀ ਕਿ ਕੋਈ ਬਰਦਾਸ਼ਤ ਨਹੀਂ ਕਰ ਸਕਦਾ, ਕਿਸੇ ਵੀ ਧਰਮ ਦਾ ਬੰਦਾ ਬਰਦਾਸ਼ਤ ਨਹੀਂ ਕਰ ਸਕਦਾ। ਉਸ ਨੂੰ ਵੀ ਉਹਦੀ ਬਾਡੀ ਨੂੰ ਇੱਕਦਮ ਸੰਸਕਾਰ ਕਰਕੇ ਐਂ ਨਹੀਂ ਪਤਾ ਕਰਾਉਣ ਦੀ ਕੋਸ਼ਿਸ਼ ਕੀਤੀ, ਉਹਦਾ ਡੀਐਨਏ ਲੈ ਕੇ ਕਿੱਥੋਂ ਆਇਆ ਕਿਵੇਂ ਆਇਆ, ਉਹਦੇ ਮਗਰ ਕੌਣ ਆ, ਪਰਿਵਾਰ ਕਿਹਾ, ਕਿਹੜੇ ਜ਼ਿਲ੍ਹੇ, ਕੋਈ ਅਰਦਾਸ ਕੀਤੀ ਜਿਹੜੇ ਬੰਦਿਆਂ ਨੇ ਸਿਆਸਤ ਕੀਤੀ ਹੈ ਪੋਲੀਟੀਕਲ ਸਿਆਸਤ ਦੇਣਗੇ ਕੋਈ। ਜਦੋਂ ਇਹਨਾਂ ਦੀਆਂ ਜਿਹੜੇ ਵੀ ਕੀਤੀ ਹੈ ਬੇਅਦਬੀ ਉਹਦੇ ਪਰਿਵਾਰ ਦਾ ਕੱਖ ਨਾ ਰਹੇ, ਜੇ ਉਹ ਸਿਆਸੀ ਪਾਰਟੀ ਹੈ ਉਹਦਾ ਸਿਆਸਤ ਵੀ ਕੱਖ ਨਾ ਰਹੇ, ਜਿਨ੍ਹਾਂ ਨੇ ਸਿਆਸਤ ਕੀਤੀ ਹੈ ਉਹਨਾਂ ਦਾ ਵੀ ਕੋਈ ਕੱਖ ਨਾ ਰਹੇ, ਨਾ ਪਾਰਟੀ ਦਾ ਕੱਖ ਰਹੇ ਨਾ ਉਹਨਾਂ ਦਾ ਕੋਈ ਇਲੈਕਸ਼ਨ 'ਚ ਕੱਖ ਰਹੇ। ਮੈਂ ਇੰਨਾ ਹੀ ਕਹਿਣਾ ਚਾਹੁੰਦਾ ਅੱਜ ਮੈਂ ਤਾਂ ਅੱਜ ਅਰਦਾਸ ਬੇਨਤੀ ਕਰਕੇ ਆ ਕਿ ਮੈਂ ਕਿਹਾ ਆਹ ਜਿਹੜੀ ਗੁਰੂ ਘਰ ਦੇ ਉੱਤੇ ਬੇਅਦਬੀਆਂ ਦੇ ਉੱਤੇ ਜੇ ਕੋਈ ਸਿਆਸਤ ਕਰਦੇ ਲੋਕ ਸਭ ਤੋਂ ਮਾੜੀ ਗੱਲ ਕਰਦੇ ਜਿਹੜੇ ਸਿਆਸਤ ਕਰਦੇ ਆ ਅਤੇ ਜਿਨ੍ਹਾਂ ਨੇ ਬੇਅਦਬੀ ਕੀਤੀ ਹੈ, ਤਾਂ ਜਿਹੜੇ ਸਿਆਸਤ ਕਰਦੇ ਹੈ ਪਰਮਾਤਮਾ
पूरे दुनिया च दिखा देने परमात्मा अंतरयामी है तो इन्हों भी पता लग जाए जिहड़े सोचते कि सियासत करके असी किवें ना किवें मैनुपुलेट करके असी किवें ना किवें असी सारी गेम इलेक्शन दी सी ते हुण 5 साल देखिया किवें कीती है। चलो कोई गल नहीं, हुण जंग आ गई है। मैं उही कह रहा क्योंकि 5 साल इन्हां ने सियासत कीती है, दोषियां मगर तक गए ही नहीं। कुंवर विजय प्रताप दा निशाना कल्ला ही सी कि अकाली दल ते बादल परिवार नूं झूठा के हाईक परमात्मा दी बख्शिश होई। हाई कोर्ट दे जज ने की किया, उन्हूं चला के मरिया केस। उन्हूं कहा कि आ सारा सियासत है ते हुण उन्हूं अपने नौकरी तों भी गया। देखो जिन्हां ने भी बेइज्जती कीती है जिहड़ा ने अपनी सियासत कीती उन्हों का कख रहना नहीं। मैं तुहानूं अज दस्सां उवें जिहड़े आ जिहड़े अपने आप नूं पंथिक जथेबंदियां कहिंदे आ, जिहड़े है पंथ दे दोखी पंथ दे गद्दार, परमात्मा पेर करे उन्हां दा भी नहीं जिन्हां ने सियासत की। जे उन्होंने भी की तो उन्होंने भी कख ना रहे। असी इन्ना करके आ जिहड़े कांग्रेस ने कैप्टन ने उदों ते सारियां जथेबंदियां ने रौला पाया कि असी पंजाब सरकार तो नहीं करवाउणा इनवैसटीगेशन, ते सानू मजबूरन क्योंकि उदों माहौल इहो जिहा सी सीबीआई नूं देना पिया। साडा पूरा निशाना सी कि दोषी नूं असी फड़ांगे, पर इन्होंने हफ्ते के अंदर देश का कानून है कि एको एजेंसी कर सकती इनवैसटीगेशन, दूजी नहीं कर सकती। सो मैं तो अज आई अरदास बेनती कर रहा, परमात्मा जरूर मेहर करनगे। दोषी जिन्हें कि सज़ा भी मिलेगी, जिन्होंने सियासत मिली उन्होंने भी सज़ा मिलेगी, जिन्हें यह जी गलत हरकत की है ਉਹਦਾ ਤਾਂ ਮੈਨੂੰ ਲੱਗਦਾ ਕੱਖ ਨਹੀਂ ਰਹਿਣਾ। ਮੈਂ ਤੁਹਾਨੂੰ ਅੱਜ ਦੀ ਨਸ਼ੇ ਦੇ ਮੁੱਦੇ ਤੇ ਵੀ ਬਹੁਤ ਜ਼ਿਆਦਾ ਸਿਆਸਤ ਹੋਈ 2017 ਦੇ ਵਿੱਚ ਵੀ ਬਹੁਤ ਵੱਡਾ। ਮੈਂ ਇਹਦੇ ਤੇ ਗੱਲ ਕਰਨਾ ਚਾਹਣਾ। ਮੈਂ ਹਾਲੀ ਦੇ ਵਿੱਚ ਵੀ ਕੁਝ ਲੋਕ ਜਿਹੜਾ ਹੈਗੇ ਇਸ ਮਾਮਲੇ ਨੂੰ ਲੈ ਕੇ ਸਿਆਸਤ ਖੇਡ ਰਹੇ ਨੇ, ਕਦੀ ਰੋਜ਼ਾਨਾ ਇੱਕ ਜੱਥਾ ਭੇਜ ਦਿੰਦੇ ਨੇ ਚਾਰ। ਮੈਂ ਉਹੀ ਕਹਿਣਾ ਚਾਹਣਾ, ਦੇਖੋ ਆਪਣੇ ਵਾਸਤੇ ਸਾਰਾ ਕੁਛ ਹੀ ਗੁਰੂ ਘਰ ਹੈ, ਸਾਰਾ ਕੁਛ ਹੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਹੈ, ਆਪਾਂ ਸਾਰਾ ਕੁਛ ਉਹਨਾਂ ਤੋਂ ਲੈਂਦੇ ਹਾਂ। ਜੇ ਉੱਥੇ ਵੀ ਸਿਆਸਤ ਕਿਸੇ ਸਿਆਸਤ ਕਰਨ ਵਾਸਤੇ ਤੁਹਾਡੇ ਕੋਲ ਹਜ਼ਾਰ ਜਗ੍ਹਾ ਹੈ ਜਿੱਥੇ ਸਿਆਸਤ ਕਰ ਲਓਗੇ ਤੁਸੀਂ, ਹਜ਼ਾਰ ਜਗ੍ਹਾ ਜਿੱਥੇ ਤੁਸੀਂ ਜਾ ਕੇ ਸਾਡੇ ਖਿਲਾਫ਼ ਕੁਛ ਮਰਜ਼ੀ ਆ ਕਿਸੇ ਦੇ ਖਿਲਾਫ਼ ਕੁਛ ਮਰਜ਼ੀ ਕਹਿ ਦਿਓ, ਪਰ ਜਦੋਂ ਧਰਮ ਦਾ ਮਾਮਲਾ ਆ ਜਾਏ, ਜਦੋਂ ਕਿਸੇ ਵੀ ਧਰਮ ਦੀ ਗੱਲ ਆ, ਮੈਂ ਇਕੱਲੀ ਸਿੱਖ ਧਰਮ ਦੀ ਕਰਨੀ, ਕਿਸੇ ਵੀ ਧਰਮ ਦੇ ਮਾਮਲੇ 'ਚ ਜਿੱਥੇ ਕੋਈ ਬੇਅਦਬੀ ਹੋਏ ਜਾਂ ਇਹੀ ਗੱਲ, ਕਿਸੇ ਨੂੰ ਨਹੀਂ ਕਰਨੀ ਚਾਹੀਦੀ ਸਿਆਸਤ। ਜਿਹੜੇ ਸਿਆਸਤ ਕਰਦੇ ਆ ਦੁਖੀ ਹੈ, ਕਿਉਂਕਿ ਉਹਨੇ ਦਿਲ 'ਚੋਂ ਦਰਦ ਨਹੀਂ।